ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਵੈਸੇ ਤਾਂ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਪਰ ਅੱਜ ਕੁਝ ਇਮੀਗ੍ਰੇਸ਼ਨ ਨਾਲ ਰਿਲੇਟਡ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਿਉਂਕਿ ਕਾਰਨ ਇਹ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਜਿਵੇਂ ਜਿਵੇਂ ਹੁਣ ਚੇਂਜ ਹੋ ਰਿਹਾ, ਬਹੁਤ ਸਾਰੇ ਰੂਲਸ ਰੈਗੂਲੇਸ਼ਨਸ ਬਦਲ ਰਹੇ ਨੇ, ਤੇ ਪ੍ਰੋਪਰ ਇਨਫੋਰਮੇਸ਼ਨ ਕਈ ਵਾਰ ਨਹੀਂ ਮਿਲਦੀ। ਜੇ ਮੈਂ ਹੁਣ ਅੱਜ, ਕਿਉਂਕਿ ਮੇਰੇ ਨਾਲ ਰੂਟਸ ਇਮੀਗ੍ਰੇਸ਼ਨ ਤੋਂ ਕੋਮਲਪ੍ਰੀਤ ਹੋ ਰਹੀ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਪਰ ਮੈਂ ਇੱਕ ਚੀਜ਼ ਤੁਹਾਨੂੰ ਸਟਾਰਟਿੰਗ 'ਚ ਦੱਸ ਦਿਆਂ ਕਿ ਤੁਹਾਡੇ ਕੋਲ ਬਿਲਕੁਲ ਲੇਟੈਸਟ ਅਤੇ ਰੀਸੈਂਟ ਜਿਹੜੀ ਇਨਫੋਰਮੇਸ਼ਨ ਹੈ ਉਹ ਆਏਗੀ। ਤੁਸੀਂ ਇਹਦੇ ਹਿਸਾਬ ਨਾਲ ਜੇ ਤੁਹਾਡੀ ਫਾਈਲ ਲੱਗੀ ਹੈ, ਤੁਸੀਂ ਕੈਨੇਡਾ 'ਚ ਹੋ, ਕੈਨੇਡਾ ਤੋਂ ਬਾਹਰ ਹੋ, ਕਿੱਥੇ ਹੋ, ਤੁਹਾਡਾ ਕੀ ਸਟੇਟਸ ਹੈ, ਉਹਦੇ ਹਿਸਾਬ ਨਾਲ ਤੁਸੀਂ ਜ਼ਰੂਰ ਚੈੱਕ ਕਰ ਲੈਣਾ ਕਿ ਤੁਸੀਂ ਕਿੱਥੇ ਜੇ ਫਾਲ ਕਰਦੇ ਹੋ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਕੋਮਲਪ੍ਰੀਤ ਜੀ। ਥੈਂਕ ਯੂ ਸੋ ਮਚ ਮੈਨੂੰ ਟਾਈਮ ਦੇਣ ਲਈ ਜੀ। ਸਾਰੇ ਪ੍ਰਾਈਮ ਏਸ਼ੀਆ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਕੋਮਲ ਜੀ, ਇੱਕ ਗੱਲ ਦੱਸੋ ਕਿ ਜਦੋਂ ਆਪਾਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤੇ ਜਿੰਨੀਆਂ ਚੇਂਜਸ ਹੁਣ ਆਉਂਦੀਆਂ ਪਈਆਂ ਨੇ, ਮੇਰਾ ਖਿਆਲ ਹਰ ਥਾਂ ਦੇ ਉੱਪਰ ਬਹੁਤਾ ਰੌਲਾ ਇਹ ਹੈ ਕਿ ਕੈਨੇਡਾ ਸ਼ਾਇਦ ਹੁਣ ਬੰਦ ਹੋ ਰਿਹਾ ਜੀ, ਕੈਨੇਡਾ ਵਾਲੇ ਹੁਣ ਵੀਜ਼ੇ ਘਟਾ ਰਹੇ ਨੇ, ਹੁਣ ਤਾਂ ਜੀ ਹਰੇਕ ਕੈਟਾਗਰੀ ਬੰਦ ਕੀਤੀ ਜਾ ਰਹੀ ਹੈ, ਇਹ ਗੱਲ ਕਿੰਨੀ ਕੁ ਸਹੀ ਹੈ? ਬੰਦ ਤਾਂ ਇਮੀਗ੍ਰੇਸ਼ਨ ਮੈਨੂੰ ਨਹੀਂ ਲੱਗਦਾ ਹੋਏਗੀ, ਕਿਉਂਕਿ ਕੈਨੇਡਾ ਦੀ ਇਕਾਨਮੀ ਇਮੀਗ੍ਰੇਸ਼ਨ 'ਤੇ ਬਹੁਤ ਜ਼ਿਆਦਾ ਡਿਪੈਂਡ ਕਰਦੀ ਆ। ਬਾਕੀ ਇਮੀਗ੍ਰੇਸ਼ਨ ਚੇਂਜ ਹੁੰਦੀ ਰਹਿੰਦੀ ਆ, ਉਹ ਮੋਡੀਫਾਈ ਕਰਦੇ ਰਹਿੰਦੇ ਆ, ਬਿਕੋਜ਼ ਜਿਹੜੇ ਵੀ ਪ੍ਰੋਗਰਾਮਸ ਇਸ਼ੂ ਹੁੰਦੇ ਆ, ਨਵੇਂ ਹੁੰਦੇ ਆ ਜਾਂ ਚੇਂਜਸ ਹੁੰਦੇ ਆ, ਉਹ ਰਿਫਲੈਕਟ ਕਰਦੇ ਆ ਜਿਹੜੇ ਵੀ ਲੇਬਰ ਮਾਰਕੀਟ ਦੇ ਵਿੱਚ ਅੱਜ ਦੇ ਟਾਈਮ ਦੀ ਨੀਡ ਹੈਗੀ ਆ। ਜੇ ਲੋਡ ਜ਼ਿਆਦਾ ਪੈਂਦੀ ਆ ਤਾਂ ਜਿਵੇਂ ਟੈਂਪਰੇਰੀ ਵਰਕਰਸ ਓਪਨ ਜ਼ਿਆਦਾ ਕਰ ਦਿੱਤੇ ਜਾਂਦੇ ਆ, ਕੋਵਿਡ ਦੇ ਟਾਈਮ ਜ਼ਿਆਦਾ ਲੋਡ ਸੀ ਵਰਕਰਸ ਦੀ, ਉਦੋਂ 75 'ਤੇ ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ, ਕਿੰਨੇ ਲੋਕ PR ਹੋ ਗਏ ਉਸਦੇ, ਅਤੇ ਫਿਰ ਹੌਲੀ ਹੌਲੀ ਜਿਵੇਂ ਹੁਣ ਸਾਰਾ ਕੁਛ ਬੈਕ ਟੂ ਨੋਰਮਲ ਹੋ ਰਿਹਾ ਆ, ਉਸ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਚੇਂਜਸ ਆ ਰਹੀਆਂ ਨੇ। ਓਕੇ, ਮਤਲਬ ਆਪਾਂ ਇਹ ਨਾ ਕਹੀਏ ਵੀ ਹਾਂ ਵੀ ਹੁਣ ਤਾਂ ਦਰਵਾਜ਼ੇ ਬੰਦ ਹੋ ਗਏ, ਮਤਲਬ ਅਗਲਿਆਂ ਨੇ ਆਪਣੀ ਰਿਕੁਆਇਰਮੈਂਟ ਦੇਖਣੀ ਆ, ਜੋ ਰਿਕੁਆਇਰਮੈਂਟ ਉਹਦੇ ਹਿਸਾਬ ਨਾਲ ਸਾਰਾ ਕੁਛ ਹੋਣਾ। ਅੱਛਾ, ਹੁਣ ਮੈਂ, ਕਿਉਂਕਿ ਆਪਾਂ ਅਲਬਰਟਾ ਪ੍ਰੋਵਿੰਸ ਦੇ ਵਿੱਚ ਇਸ ਵਕਤ ਬੈਠੇ ਹਾਂ, ਅਲਬਰਟਾ ਨੂੰ ਇਹ ਜਾਣਿਆ ਜਾਂਦਾ ਸੀ ਵੀ ਜੇ ਕਿਸੇ ਨੇ ਸੌਖੇ PR ਹੋਣਾ ਤਾਂ ਤੁਸੀਂ ਅਲਬਰਟਾ ਚਲੇ ਜਾਓ, ਪਰ ਹੁਣ ਜਿੱਦਾਂ ਰੀਸੈਂਟਲੀ ਇੱਥੇ ਚੇਂਜਿਸ ਆਈਆਂ ਨੇ, ਉਹਨਾਂ ਚੇਂਜਿਸ ਤੋਂ ਬਾਅਦ ਕਈ ਲੋਕਾਂ ਦੇ ਮਨਾਂ ਦੇ ਵਿੱਚ ਹੈ ਵੀ ਅਲਬਰਟਾ ਨੇ ਵੀ ਬੰਦ ਕਰ ਦਿੱਤਾ ਜੀ, ਦਰਵਾਜ਼ੇ ਬੰਦ ਹੋ ਗਏ, ਹੁਣ ਉੱਥੇ ਆਈ ਥਿੰਕ ਉਹ AIP, ਹਾਂ ਉਹਦੇ ਵਿੱਚ ਵੀ ਕੁਛ ਚੇਂਜਿਸ ਨੇ, ਉਹ ਕੀ ਚੇਂਜਿਸ ਨੇ ਅਤੇ ਉਹਨਾਂ ਨਾਲ ਕੀ ਫਰਕ ਪਿਆ? AIP ਦੇ ਵਿੱਚ ਇੱਕ ਜਿਹੜੀ ਥੋੜ੍ਹੀ ਹੁਣ ਤਾਂ ਚੇਂਜ ਪੁਰਾਣੀ ਹੋ ਗਈ ਹੈ, ਉਹਦੇ ਵਿੱਚ ਇਹ ਸੀ ਕਿ ਉਹਨਾਂ ਨੇ ਅਲਬਰਟਾ ਓਪਰਚੁਨਿਟੀ ਸਟ੍ਰੀਮ ਨੂੰ ਪੌਜ਼ ਕਰ ਦਿੱਤਾ ਆ। ਓਕੇ ਜੀ, ਉਹ ਵੀ ਬਹੁਤ ਜਣਿਆਂ ਦੇ ਮਨ 'ਚ ਵਹਿਮ ਆ, ਜਿਵੇਂ ਲੱਗਦਾ ਡਰ ਜਾਂਦੇ ਆ ਸਾਰੇ ਜਦੋਂ ਕੋਈ ਨਵੀਂ ਅਪਡੇਟ ਆਉਂਦੀ ਆ, ਸਭ ਨੂੰ ਲੱਗਦਾ ਕਿ ਬੰਦ ਹੋ ਗਿਆ, ਸਿਰਫ ਪੌਜ਼ ਹੋਇਆ ਆ, ਅਤੇ ਉਹ ਇਸ ਕਰਕੇ ਪੌਜ਼ ਹੋਇਆ ਕਿਉਂਕਿ ਉਹਨਾਂ ਦਾ ਇੱਕ ਸਾਲ ਦਾ ਕੋਟਾ ਸੀ 4970। ਅੱਛਾ ਜੀ, ਉਹਨਾਂ ਕੋਲ ਹੁਣ ਇਸ ਟਾਈਮ ਕਿਊ ਦੇ ਵਿੱਚ ਫਾਈਲਸ ਹੈਗੀਆਂ 4731। ਓਕੇ, ਅਤੇ 4900 ਸੀ ਉਹਨਾਂ ਦਾ ਪੂਰੇ ਸਾਲ ਦਾ ਕੋਟਾ, ਅਤੇ ਹਾਲੇ ਸਿਰਫ ਮਾਰਚ ਹੋਇਆ ਆ, ਸੋ ਉਹਨਾਂ ਨੂੰ ਇਹ ਪੌਜ਼ ਕਰਨਾ ਪੈ ਗਿਆ ਤਾਂ ਕਿ ਜਦੋਂ ਇਹ ਪ੍ਰੋਸੈਸ ਕਰਨਗੇ, ਐਪਲੀਕੇਸ਼ਨਸ ਡਨ ਹੋਣਗੀਆਂ, ਫਿਰ ਉਹ ਨਵਾਂ ਇਨਟੇਕ ਲੈਣਗੇ। ਅਤੇ ਜਿਹੜੀ ਦੂਜੀ ਚੇਂਜ ਹੋਈ ਹੈ ਉਹ ਹੋਈ ਹੈ ਅਲਬਰਟਾ ਐਕਸਪ੍ਰੈਸ ਐਂਟਰੀ ਸਟ੍ਰੀਮ ਐਂਡ ਅਲਬਰਟਾ ਰੂਰਲ ਸਟ੍ਰੀਮ ਦੇ ਵਿੱਚ ਜੀ। ਉਹਦੇ ਵਿੱਚ ਜਿਹੜੀ ਤੁਹਾਨੂੰ ਅੱਗੇ ਜੋਬ ਆਫਰ ਮਿਲਦੀ ਸੀ, ਉਹਦੇ ਵਿੱਚ ਇੰਪਲੋਇਰ ਦੀ ਸਿਰਫ ਇਹੀ ਰਿਕੁਆਇਰਮੈਂਟ ਸੀ ਕਿ ਉਹ ਇੱਥੇ ਇਨਕੋਰਪੋਰੇਟਡ ਹੋਣੇ ਚਾਹੀਦੇ ਆ, ਅਲਬਰਟਾ ਦੇ ਵਿੱਚ ਰਜਿਸਟਰ ਹੋਣੇ ਚਾਹੀਦੇ ਆ, ਦੈਟਸ ਇਟ। ਹੁਣ ਉਹ ਇੰਪਲੋਇਰ ਜਿਹੜੀ ਰਿਕੁਆਇਰਮੈਂਟ ਇੰਪਲੋਇਰ ਦੀ ਆ ਉਹ ਚੇਂਜ ਹੋ ਗਈ ਹੈ, ਉਹਦੇ ਵਿੱਚ ਹੁਣ ਤੁਹਾਡੇ ਇੰਪਲੋਇਰ ਨੂੰ 2 ਸਾਲ ਪੁਰਾਣੀ ਕੰਪਨੀ ਹੋਣੀ ਚਾਹੀਦੀ ਹੈ, 2 ਸਾਲ ਕੰਟੀਨਿਊਸਲੀ ਐਕਟਿਵ ਹੋਣਾ ਚਾਹੀਦਾ ਆ। ਜਿਹੜਾ ਰੀਸੈਂਟ ਈਅਰ ਆ ਉਹਦੇ ਵਿੱਚ ਉਹਨਾਂ ਦੀ 4 ਲੱਖ ਗ੍ਰੋਸ ਹੋਣਾ ਚਾਹੀਦਾ ਰੈਵਨਿਊ ਉਹਨਾਂ ਦਾ ਹਰੇਕ ਇੰਪਲੋਇਰ ਦਾ, ਅਤੇ ਉਹਨਾਂ ਦੇ ਮਿਨੀਮਮ 3 ਇੰਪਲੋਈ ਹੋਣੇ ਚਾਹੀਦੇ ਫੁੱਲ ਟਾਈਮ। ਜੇ ਇਹ ਚੀਜ਼ਾਂ ਰਿਕੁਆਇਰਮੈਂਟ ਤੁਹਾਡੀਆਂ ਇੰਪਲੋਇਰ ਪੂਰੀਆਂ ਕਰ ਰਿਹਾ ਆ, ਫਿਰ ਹੀ ਉਹ ਤੁਹਾਨੂੰ ਜੋਬ ਆਫਰ ਲਈ ਇਲੀਜੀਬਲ ਹੋ। ਜੇ ਤੁਹਾਡਾ ਇੰਪਲੋਇਰ ਸਟਿਲ ਹੁਣ ਹਰੇਕ, ਜਿਵੇਂ ਹੁਣ ਰੂਰਲ 'ਚ ਜਾ ਰਹੇ ਹੋ, ਬਹੁਤ ਛੋਟੇ ਬਿਜ਼ਨਸ ਆ, ਉਹ 4 ਲੱਖ ਕਰ ਹੀ ਨਹੀਂ ਸਕਦੇ, ਹੈ ਨਾ, ਕਈ ਉਹਨਾਂ 'ਚੋਂ, ਉਹਦੇ ਵਿੱਚ ਉਹਨਾਂ ਨੇ ਫਿਰ ਤੁਹਾਨੂੰ ਕੁਛ ਐਕਸੈਪਸ਼ਨਸ ਦਿੱਤੀਆਂ ਨੇ। ਜੇ ਤੁਹਾਡਾ ਇੰਪਲੋਇਰ 4 ਲੱਖ ਅਤੇ ਨਾਲ 3 ਫੁੱਲ ਟਾਈਮ ਇੰਪਲੋਈ ਵਾਲੀ ਨਹੀਂ ਕੰਪਲੀਟ ਕਰ ਰਿਹਾ, ਤਾਂ ਉਹ ਤੁਹਾਨੂੰ 2 ਸਾਲ ਸਟਿਲ ਬਿਜ਼ਨਸ ਐਕਟਿਵ ਹੋਣਾ ਚਾਹੀਦਾ ਆ, ਪਰ ਫਿਰ ਇੱਕ ਜਣੇ ਨੂੰ ਨੋਮੀਨੇਸ਼ਨ ਦੇ ਸਕਦਾ। ਓਕੇ, ਯਾਨੀ ਕਿ ਉਹ PR ਸਿਰਫ ਇੱਕ ਨੂੰ ਹੀ ਕਰਵਾ ਸਕਦੇ ਜੀ? ਫਿਰ ਜੇ 2 ਸਾਲ ਹੋ ਗਿਆ ਤਾਂ ਇੱਕ ਨੂੰ, ਜੇ 3 ਸਾਲ ਹੋ ਗਿਆ ਉਹਨਾਂ ਨੂੰ ਤਾਂ ਉਹ 2 ਨੂੰ, ਹਰ ਸਾਲ ਲਈ ਇੱਕ ਇੱਕ ਐਡੀਸ਼ਨਲ ਇੰਪਲੋਈ ਨੂੰ ਕਰਾ ਸਕਦੇ ਆ। ਓਕੇ, ਸੋ ਪਰ ਮਿਨੀਮਮ ਜਿਹੜਾ ਬਿਜ਼ਨਸ ਉਹ 2 ਸਾਲ ਪੁਰਾਣਾ ਹੋਣਾ ਚਾਹੀਦਾ ਜੀ। ਸੋ ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਜੀ। ਇਹ ਅਸੀਂ ਤਾਂ ਇਸ ਕਰਕੇ ਅਲਬਰਟਾ ਸੈਂਟ੍ਰਿਕ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ ਗੱਲ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਸੁਣੀ ਸੁਣਾਈ ਗੱਲ ਦੇ ਹਿਸਾਬ ਨਾਲ ਚੱਲ ਪੈਂਦੇ ਹਾਂ, ਆਪਾਂ ਨੂੰ ਐਗਜੈਕਟ ਇਨਫੋਰਮੇਸ਼ਨ ਜਿਹੜੀ ਆ ਉਹ ਨਹੀਂ ਮਿਲਦੀ, ਉਹ ਇਨਫੋਰਮੇਸ਼ਨ ਤੁਹਾਡੇ ਤੱਕ ਔਥੈਂਟਿਕ ਪਹੁੰਚੇ, ਇਸੇ ਕਰਕੇ ਆਪਾਂ ਅੱਜ ਇਹ ਗੱਲ ਕਰ ਰਹੇ ਹਾਂ। ਹੁਣ ਇਹ ਤਾਂ ਤੁਸੀਂ ਕਹੋ ਜੀ ਦੱਸਿਆ ਕਿ ਰੂਰਲ ਜਿਹੜਾ ਹੈ ਉਹਦੇ ਵਿੱਚ ਥੋੜ੍ਹੀਆਂ ਐਕਸੈਪਸ਼ਨਸ ਹੋ ਗਈਆਂ, ਬਾਕੀ ਓਵਰਆਲ ਅਲਬਰਟਾ ਦੇ ਵਿੱਚ ਜੇ ਕਿਸੇ ਕੋਲ ਮੰਨ ਲਓ ਵੀ ਜਿੱਦਾਂ ਆਪਾਂ ਬਹੁਤ ਸਾਰੇ ਸਟੂਡੈਂਟ ਦੇਖਦੇ ਹਾਂ, ਉਹਨਾਂ ਨੂੰ ਕਿਸੇ ਵੇਲੇ ਹੁੰਦਾ ਜੀ ਕਿ ਮੇਰਾ ਵੈਸੇ ਜਿਹੜਾ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਤਾਂ ਮੁੱਕਣ ਵਾਲਾ ਜਾਂ ਮੁੱਕ ਗਿਆ, ਪਰ ਹੁਣ ਮੈਨੂੰ LMIA ਮਿਲ ਰਹੀ ਹੈ ਜਾਂ ਮੈਂ ਉਹਦੇ 'ਤੇ ਕੰਮ ਕਰਨਾ, ਉਹ ਜਿਹੜੀ
LMI ਲਈ ਤਾਂ ਹੋਰ ਡਿਫਰੈਂਟ ਸ਼ਰਤਾਂ ਵੀ ਹੈਗੀਆਂ, ਇਹ ਨਾਰਮਲ ਹੋ ਗਈਆਂ, ਇਹ ਹਰੇਕ ਲਈ, ਚਾਹੇ ਉਹ LMI ਲੈ ਰਿਹਾ ਚਾਹੇ ਨਹੀਂ ਲੈ ਰਿਹਾ, ਓਕੇ ਜੀ, ਸਾਰਿਆਂ ਵਾਸਤੇ ਇਹ ਇੰਪਲੋਇਰ ਦੀਆਂ ਰਿਕੁਆਇਰਮੈਂਟਸ ਆ। LMI ਵਿੱਚ ਵੀ ਕੋਈ ਚੇਂਜ ਆ? ਹਾਂਜੀ, LMI ਵਿੱਚ ਚੇਂਜ ਇਹ ਹੈ ਕਿ ਅੱਗੇ ਵੈਲਿਡਿਟੀ LMI ਦੀ ਕੋਵਿਡ ਦੇ ਵਿੱਚ 18 ਮਹੀਨੇ ਹੋ ਗਈ ਸੀ ਹਰ ਇੱਕ LMI, ਡੇਢ ਸਾਲ, ਹਾਂਜੀ, ਹੁਣ ਉਹ ਘੱਟ ਕੇ ਫਿਰ 1 ਮਈ ਤੋਂ 6 ਮਹੀਨੇ ਕਰ ਰਹੇ ਆ। ਓਕੇ ਜੀ, ਉਹਦਾ ਕੀ ਫਰਕ ਪੈਣਾ? ਉਹਦੇ ਨਾਲ ਫਰਕ ਪਊਗਾ, ਜੇ ਤਾਂ ਤੁਸੀਂ ਵਰਕ ਪਰਮਿਟ ਅਪਲਾਈ ਕਰ ਰਹੇ ਹੋ ਉਸ LMI ਦੇ ਬੇਸ 'ਤੇ ਕਲੋਜ਼ ਜਾ ਰਹੇ ਹੋ, ਫਿਰ ਤਾਂ ਕੋਈ ਓਨਾ ਫਰਕ ਨਹੀਂ ਪੈਣਾ, ਕਿਉਂਕਿ 6 ਮਹੀਨੇ ਦੇ ਵਿੱਚ ਅੱਗੇ ਤੁਹਾਡੇ ਕੋਲ 18 ਮਹੀਨੇ ਸੀ ਵਰਕ ਪਰਮਿਟ ਅਪਲਾਈ ਕਰਨ ਲਈ, ਹੁਣ ਤੁਹਾਡੇ ਕੋਲ ਉਹ ਟਾਈਮ 6 ਮਹੀਨੇ ਹੀ ਰਹਿ ਗਿਆ ਆ। ਓਕੇ, ਜਿਹੜਾ ਮੇਨ ਫਰਕ ਪੈਣਾ ਉਹ ਜਦੋਂ ਕਈ ਜਿਵੇਂ ਇੱਥੇ ਸਟੱਡੀ ਕੀਤੀ ਹੋਈ ਆ ਅਤੇ ਆਪਾਂ ਸਿਰਫ ਪੀਅਰ ਸਪੋਰਟਿੰਗ LMI ਲੈਂਦੇ ਹਾਂ ਜਿਹਦੇ ਨਾਲ ਵਰਕ ਪਰਮਿਟ ਨਹੀਂ ਕਨਵਰਟ ਹੋਏਗਾ, ਤੁਹਾਨੂੰ ਐਕਸਪ੍ਰੈਸ ਐਂਟਰੀ ਵਿੱਚ 50 ਪੁਆਇੰਟ ਮਿਲਣਗੇ। ਅੱਛਾ ਜੀ, ਹੁਣ ਉਹ 50 ਪੁਆਇੰਟ ਤੁਹਾਨੂੰ ਸਿਰਫ 6 ਮਹੀਨੇ ਲਈ ਹੀ ਵੈਲਿਡ ਰਹਿਣਗੇ ਤੁਹਾਡੀ ਪ੍ਰੋਫਾਈਲ ਦੇ ਵਿੱਚ LMI ਮਿਲਣ ਤੋਂ ਬਾਅਦ। ਅੱਛਾ, ਜੇ ਤੁਹਾਨੂੰ ਉਹ 6 ਮਹੀਨਿਆਂ ਦੇ ਵਿੱਚ ਇਨਵੀਟੇਸ਼ਨ ਆ ਜਾਏਗਾ ਤਾਂ ਗੁੱਡ, ਜੇ ਜਿਵੇਂ ਹੁਣ ਹਾਈ ਚੱਲਦੇ ਪਏ ਆ ਡਰੋਜ਼, ਜੇ ਹਾਈ ਚੱਲ ਜਾ ਰਿਹਾ ਆ ਤਾਂ 6 ਮਹੀਨੇ ਬਾਅਦ ਉਹ 50 ਪੁਆਇੰਟ ਫਿਰ ਤੁਹਾਡੀ ਫਾਈਲ 'ਚੋਂ ਮਨਫੀ ਹੋ ਜਾਣਗੇ। ਅਤੇ ਫਿਰ ਪਰ ਉਹ ਜੇ ਮੰਨ ਲਓ ਇੱਕ ਵਾਰ ਐਲੀਜੀਬਲ ਹੋ ਗਿਆ ਬੰਦਾ, ਉਹਨੂੰ 50 ਪੁਆਇੰਟ ਮਿਲ ਗਏ, ਅਤੇ ਜੇ 6 ਮਹੀਨੇ 'ਚ ਉਹਦੀ ਵਾਰੀ ਨਹੀਂ ਆਈ ਤਾਂ ਫਿਰ ਉਹ ਤਾਂ 50 ਫਿਰ ਘੱਟ ਜਾਣੇ, ਫਿਰ 50 ਘੱਟ ਜਾਣਗੇ, ਫਿਰ ਦੁਬਾਰਾ ਕੋਈ ਹੋਰ LMI ਵੇਖਣੀ ਪਊਗੀ। ਉਹ ਤੋਂ ਬੈਟਰ ਹੈ ਜੇ ਤੁਸੀਂ LMI ਲੈ ਹੀ ਰਹੇ ਹੋ, ਤੁਹਾਡਾ ਇੰਪਲੋਇਰ ਤੁਹਾਨੂੰ ਸਪੋਰਟ ਕਰਦਾ ਪਿਆ ਆ, ਫਿਰ ਤੁਸੀਂ ਟਰਾਈ ਕਰੋ ਡਿਊਲ ਇੰਟੈਂਟ LMI ਲੈਣ ਦੀ, ਕਿ ਤੁਸੀਂ LMI ਵੀ ਲੈ ਲਓ ਨਾਲ ਉਸ LMI ਦੇ ਬੇਸ 'ਤੇ ਵਰਕ ਪਰਮਿਟ ਵੀ ਕਲੋਜ਼ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਲੰਮਾ ਟਾਈਮ ਉਹਦਾ ਫਾਇਦਾ ਰਹੇ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਤੱਕ। ਓਕੇ, ਸੋ ਇਹ ਇੱਕ ਟੈਕਨੀਕੈਲਿਟੀ ਹੈਗੀ ਹੈ ਜੀ, ਤੁਸੀਂ ਮੇਰਾ ਖਿਆਲ ਇਹਨੂੰ ਸਮਝ ਲਿਓ। ਬਾਕੀ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਇਹਨਾਂ ਦਾ ਨੰਬਰ ਵੀ ਸਕਰੀਨ 'ਤੇ ਹੋਊਗਾ, ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ, ਕਿਉਂਕਿ ਸਾਡੀ ਇਹ ਕੋਸ਼ਿਸ਼ ਹੈ ਕਿ 10-11 ਮਿੰਟ ਦੇ ਵਿੱਚ ਇੰਨੀ ਵੱਡੀ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਸਮਝਾਇਆ ਨਹੀਂ ਜਾ ਸਕਦਾ। ਪਰ ਰੀਸੈਂਟ ਜਿਹੜੀਆਂ ਚੇਂਜਿਸ ਹੋਈਆਂ ਨੇ, ਜੋ ਜੋ ਕੁਛ ਇਸ ਵਕਤ ਪਹਿਲਾਂ ਨਾਲੋਂ ਬਦਲ ਗਿਆ, ਅਤੇ ਤੁਸੀਂ ਹੁਣ ਕਿਵੇਂ ਇੱਥੇ ਸੌਖੇ PR ਹੋ ਸਕਦੇ ਹੋ, ਅਸੀਂ ਉਹਦੇ ਬਾਰੇ ਗੱਲ ਕਰ ਰਹੇ ਹਾਂ। ਇੱਕ ਉਹ ਜੀ ਅਗਲੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਾਂ, ਮੈਂ ਕਿਉਂਕਿ ਲਿਖ ਕੇ ਰੱਖਿਆ, ਮੈਨੂੰ ਇਹ ਸੀ ਵੀ ਮੋਰ ਟੈਕਨੀਕੈਲਿਟੀ ਵਾਲੀਆਂ ਗੱਲਾਂ ਮੈਂ ਕਿਤੇ ਭੁੱਲ ਨਾ ਜਾਵਾਂ। ਜਿਹੜਾ ਹੁਣ ਇਹ ਕਿਹਾ ਜਾ ਰਿਹਾ ਕਿ ਵੀ ਪਹਿਲਾਂ ਨਾਲੋਂ ਟੈਂਪਰੇਰੀ ਜਿਹੜੇ ਰੈਜ਼ੀਡੈਂਟ ਹੋਣਗੇ ਉਹਨਾਂ ਦਾ ਕੋਟਾ ਫੈਡਰਲ ਵੱਲੋਂ ਘਟਾਇਆ ਜਾ ਰਿਹਾ, ਮਤਲਬ ਕੈਨੇਡਾ ਦੇ ਵਿੱਚ ਆਉਣ ਵਾਲੇ, ਉਹ ਕੌਣ ਲੋਕ ਨੇ ਅਤੇ ਕਿਹਨਾਂ ਨੂੰ ਫਰਕ ਪੈਣਾ? ਹਾਂਜੀ, ਟੈਂਪਰੇਰੀ ਵਿੱਚ ਸਾਰੇ ਇੰਕਲੂਡ ਹੁੰਦੇ ਆ, ਸਟੂਡੈਂਟਸ, ਵਰਕਰਸ ਅਤੇ ਵਿਜ਼ਟਰਸ ਵੀ, ਅਤੇ ਜਿਹੜੇ ਅਸਾਈਲਮ ਸੀਕਰਸ ਆ ਰਹੇ ਨੇ ਉਹ ਵੀ ਇਹਦਾ ਹੀ ਪਾਰਟ ਨੇ, ਜਿਨ੍ਹਾਂ ਨੇ ਵਰਕ ਪਰਮਿਟ ਅਪਲਾਈ ਕਰਨੇ ਨੇ। ਸੋ ਹੁਣ ਉਹ ਕਰੰਟਲੀ 2023 ਦੇ ਵਿੱਚ 6.2% ਟੋਟਲ ਪਾਪੂਲੇਸ਼ਨ ਦਾ ਹਿੱਸਾ ਟੈਂਪਰੇਰੀ ਲੋਕ ਨੇ, ਜਿਹੜੇ ਵੀ ਟੈਂਪਰੇਰੀ ਰੈਜ਼ੀਡੈਂਟ ਹੋਲਡਰਸ ਨੇ। ਅਤੇ ਹੁਣ ਰੀਸੈਂਟਲੀ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਆ ਕਿ ਉਹ ਅਗਲੇ 3 ਸਾਲਾਂ ਵਿੱਚ 6.2 ਤੋਂ ਘਟਾ ਕੇ 5% ਕਰ ਰਹੇ ਆ ਸਾਰੇ ਟੈਂਪਰੇਰੀ ਰੈਜ਼ੀਡੈਂਟ ਵਰਕਰਸ। ਅਤੇ ਇੱਕ ਉਹਨਾਂ ਨੇ ਇਹਦੇ ਨਾਲ ਹੀ ਹੋਰ ਅਪਡੇਟ ਦਿੱਤੀ ਹੈਗੀ ਆ ਕਿ ਜਿਹੜੇ ਹੁਣ ਐਕਸਪ੍ਰੈਸ ਐਂਟਰੀ ਦੇ ਡਰਾਅ ਚੱਲਦੇ ਪਏ ਆ, ਜਿਵੇਂ ਹੁਣ 525 ਰੀਸੈਂਟ ਡਰਾਅ ਆਇਆ ਜਨਰਲ ਦਾ, ਅਤੇ ਹੁਣ ਉਹਨਾਂ ਨੇ ਜਿਹੜੇ ਇਹ ਡਰਾਅਜ਼ ਨੇ ਉਹ ਮੋਸਟਲੀ ਫੋਕਸ ਕਰਨੇ ਆ ਲੋਕਲ ਅਤੇ ਜਾਂ PNPs ਨਾਲ ਕੋਲੈਬੋਰੇਟ ਕਰਕੇ। ਇਹ ਲੋਕਲ ਅਤੇ PNPs ਨਾਲ ਇਹਦਾ ਥੋੜ੍ਹਾ ਜਿਹਾ ਮੈਨੂੰ ਸਮਝਾਇਆ, ਕਿਉਂਕਿ ਜਿੰਨੀ ਗੱਲ ਮੈਨੂੰ ਤੁਹਾਡੀ ਸਮਝ ਲੱਗੀ ਹੋਈ ਹੈ ਕਿ ਵੀ ਜਿਹੜੇ ਲੋਕ ਕੈਨੇਡਾ ਤੋਂ ਬਾਹਰ ਨੇ ਉਹ ਬਾਹਰ ਵਾਲਿਆਂ ਨੂੰ ਅਜੇ ਘੱਟ ਸੱਦਿਆ ਜਾਊਗਾ, ਜਿਹੜੇ ਲੋਕ ਕੈਨੇਡਾ ਦੇ ਵਿੱਚ ਨੇ ਉਹਨਾਂ ਨੂੰ PR ਦਿੱਤੀ ਜਾਊਗੀ। ਇੱਦਾਂ ਜੀ, ਹੁਣ ਇੱਦਾਂ ਆ ਕਿ ਜਿਵੇਂ 525 ਡਰਾਅ ਚੱਲਦਾ ਪਿਆ ਸੀਗਾ ਰੀਸੈਂਟ ਜਿਹੜਾ ਜਨਰਲ ਦਾ ਆਇਆ, ਇਹਨਾਂ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਜਿਹੜਾ ਉਹ ਸਪਟੈਂਬਰ 2021 'ਚ ਆਇਆ ਸੀ, ਜਿਨ੍ਹਾਂ ਨੇ ਕੈਨੇਡਾ ਵਿੱਚ ਹੀ ਕੰਮ ਕੀਤਾ ਹੈ 1 ਸਾਲ ਦਾ ਜਾਂ 1 ਸਾਲ ਤੋਂ ਵੱਧ ਦਾ, ਅਤੇ ਉਹ ਸਪਟੈਂਬਰ 'ਚ ਡਰਾਅ ਸੀ 462 'ਤੇ। ਜੀ, ਹੁਣ ਆਲਮੋਸਟ 1.5 ਸਾਲ ਹੋ ਗਿਆ ਆ ਕੋਈ ਡਰਾਅ ਨਹੀਂ ਆਇਆ, ਹੁਣ ਉਹ ਫੋਕਸ ਕਰਨਗੇ ਕਿ ਜਿਹੜੇ ਉਹਨਾਂ ਨੇ ਆਲਰੇਡੀ ਇੱਥੇ ਬੁਲਾ ਲਏ, ਜਿਨ੍ਹਾਂ ਨੇ ਪੜ੍ਹਾਈ ਕੀਤੀ ਹੈ ਜਾਂ ਜਿਨ੍ਹਾਂ ਨੇ ਇੱਥੇ ਸਕਿੱਲ ਐਕਸਪੀਰੀਅੰਸ ਗੇਨ ਕੀਤਾ ਆ ਉਹਨਾਂ 'ਤੇ ਫੋਕਸ ਕੀਤਾ ਜਾਵੇ। ਅਤੇ ਸੰਭਾਵਨਾ ਇਹ ਵੀ ਹੈਗੀ ਆ ਕਿ PNPs ਨੂੰ ਜ਼ਿਆਦਾ ਐਲੋਕੇਸ਼ਨਸ ਦੇ ਦੇਣਗੇ, ਜਿਹੜੀ ਕਿ ਸਾਰਿਆਂ ਨੂੰ ਅੱਜ ਸਮੇਂ ਦੀ ਲੋੜ ਹੈ, ਕਿਉਂਕਿ ਜੇ ਤੁਸੀਂ ਮਾਸਟਰਸ ਵੀ ਕੀਤੀ ਹੋਈ ਹੈ, ਤੁਹਾਡੇ ਕੋਲ ਇੰਡੀਆ ਦਾ ਐਕਸਪੀਰੀਅੰਸ ਵੀ ਹੈਗਾ ਜਾਂ ਆਊਟਸਾਈਡ ਕੈਨੇਡਾ ਦਾ ਐਕਸਪੀਰੀਅੰਸ ਹੈਗਾ, ਇੱਥੇ ਸਕਿੱਲ ਐਕਸਪੀਰੀਅੰਸ ਹੈ, ਤੁਹਾਡੇ ਆਇਲਸ ਵਿੱਚ ਵੀ ਵਧੀਆ ਸਕੋਰ ਹੈਗੇ ਆ, ਫਿਰ ਵੀ ਤੁਹਾਡੇ ਸਕੋਰ 500 ਤੱਕ ਪਹੁੰਚਣਗੇ ਜਾਂ 500 ਤੋਂ ਘੱਟ। ਪਰ ਜਿਹੜੇ ਹਿਸਾਬ ਨਾਲ ਹੁਣ ਪਿਛਲੇ ਕੁਛ ਕੁ ਮਹੀਨਿਆਂ ਤੋਂ ਚੱਲਦਾ ਪਿਆ ਆ ਅਤੇ ਸਭ ਦੇ ਵਰਕ ਪਰਮਿਟ ਐਕਸਪਾਇਰ ਹੋਣ ਦੇ ਨੇੜੇ ਆ, ਕੋਈ ਡਰਾਅ ਦੀ ਸੰਭਾਵਨਾ ਹੈ ਨਹੀਂ ਸੀ, ਅਤੇ ਇਸ ਜਿਹੜੀ ਅਨਾਊਂਸਮੈਂਟ ਨਾਲ ਉਮੀਦ ਬੰਨੀ ਆ ਕਿ ਹੋ ਸਕਦਾ ਛੇਤੀ 480-490 ਦਾ ਡਰਾਅ ਦੇਖਣ ਨੂੰ ਮਿਲੇ। ਇੱਕ ਉਹ ਜੀ ਇਹ ਵੀ ਬੜੀ ਮੁਸ਼ਕਲ, ਮੈਂ ਆਮ ਜਿੱਦਾਂ ਸਟੂਡੈਂਟ ਆਪਣੇ ਛੋਟੇ ਭੈਣ ਭਰਾ ਇੱਥੇ ਨੇ, ਉਹ ਕਈ ਵਾਰ ਕਹਿੰਦੇ ਜੀ ਵੀ ਸਾਡਾ ਵਰਕ ਪਰਮਿਟ ਮੁੱਕਣ ਵਾਲਾ, ਜਿਹੜਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹਨਾਂ ਕੋਲ ਹੈਗਾ, ਹੁਣ ਉਹ ਸ਼ਾਇਦ ਰੀਨਿਊ ਹੁਣ ਹੋਣਾ ਨਹੀਂ ਜੀ, ਅਤੇ ਜੇ ਮੰਨ ਲਓ ਵੀ ਉਹ ਬਹੁਤ ਨੇੜੇ ਹੈ ਕਿਸੇ ਦੇ, ਅਤੇ ਉਹਦੇ ਲਈ ਕੋਈ ਸਲਾਹ ਜੇ ਤੁਸੀਂ ਦੇ ਸਕੋ ਕਿ ਕੀ ਆਪਸ਼ਨ ਉਹਦੇ ਕੋਲ? ਆਪਸ਼ਨ ਇਹ ਹੈ, ਇੱਕ ਤਾਂ
वेट ना करो कि थोड़ा वर्क परमिट बिल्कुल जो खत्म होने वाला हो उदों तक देखो कि शायद अज कोई नवी अनाउंसमेंट आए अज कोई आए वो तो बैटर है तुम अपने आइलट्स से कॉन्सनट्रेट करो जिन्ने स्कोर लै सकते हो जिनी वो ट्राई कर सकते हो या तुम ट्रेड्स में जाओ जिदा हूँ इन्होंने जड़िया एक्सप्रेस एंट्री के ड्रॉज आए थे वो कैटेगरी बेस से सो जे तुम हैल्थ केयर में हो तो बहुत वधिया थोड़े को हैगी है चांसिस तुम जॉब ट्राई करो कि तुम हैल्थ केयर में लै लो ट्रेड्स में चले जाओ तुम साइंस टेक्नोलॉजी में जाओ डो स्टैम के ड्रॉज ने फिर तुम ट्रांसपोर्ट में चले जा सकते हो ट्रक ड्राइवर या इदा जेडे भी कैटेगरी बेस्ड ड्रॉज में जाओगे थोड़े कोप्शन होगी ट्राई करो कि अपना स्किल्ड एक्सपीरियंस उन्होंने चीज़ों में गेन करो क्योंकि जिमें फूड सर्विस सुपरवाइजर ऑफिस एडमिन असिस्टेंट ये बहुत अपने कोमन हो गया ऑक्यूपेशन इन्होंने ड्रॉज आने की संभावना घट गई है तो बहुत लोग वेट करते पे इन सो थोड़ा जहा ली तो पासे होकर सोचो तो जे कोई हल नहीं रहा वर्क परमिट एक्सपायर होने वाले है फिर तुम इंपलॉयर सपोर्टिंग LMI की मदद के नाल अपना पीआर ले सकते हो सो गल्लां होर भी ने जी पर सानू यह सी कि जो रीसेंट अपडेट होवे वो असीं तुहाडे तक पहुँचा दी एक मेरा ख्याल अल्बर्टा ने भी रीसेंटली एक टूरिज्म ते हॉस्पिटैलिटी वाला कुछ खोलिया सी वो भी नालों नाल ही भर गए काम ओह हाँ जी सेम डे थोड़े जे घंटियां विच ही फेल हो गया हुण कोई चांस नहीं आउण दे वो दोबारा खोलणगे उन्होंने पहला वो एप्लीकेशन असैस करनी है जिहड़ियां कंप्लीट है जिहड़े अप्रूवल दे चांसिस वध है उस तो बाद दोबारा फिर एक स्टेज खोलणगे पर वो भी 200 एप्लीकेशन ने सो कुछ घंटियां विच वो भी भर जाणी है सो एक काफ़ी कुछ अगे नालों चेंज है बाकी हो सकता है कि साड़ी इन्हां गल्लां बातों तो थोड़े दिमाग दे विच कुछ एक होर सवाल होन तुसीं टिप्पणियां भी कर सकते हो पर बैटर यह है कि जे स्क्रीन दे उपर नंबर है तुसीं कोमलप्रीत फरां दे नाल सीधी भी गल कर सकते हो तां जो जे तुहाडा कोई भी सवाल होवे तां तुसीं इन्हां नूं पुछ सको होर कोई गल जिहड़ी मैं पुछणी भुल गया होवां तुसीं कहणी चाहो जरूर कहो प्लीज़ होर यही है कि चेंजेस आउंदियां रहणियां ऐ बस तुसीं अपनी प्रोफाइल नूं उन्हां चेंजेस दे हिसाब नाल मॉडिफाई कर लो तुसीं ट्राई करो कि तुसीं जिहड़ियां लेबर मार्केट दियां अज दी डिमांड आ जां अगे फ्यूचर दी होणी आ उन्हां नूं कंप्लीट करो कैनेडा नूं स्किल्ड वर्करस दी लोड़ हैगी है ते आपां नूं कैनेडा दी लोड़ हैगी है सो कोमल जी तुसीं टाइम दित्ता तुहाडा बहुत धन्नवाद जी थैंक यू सो मेरा ख्याल है कि काफ़ी सारे जो डाउट से वो क्लीयर हो गए होंगे बाकी जी इनफॉर्मेशन है इस इनफॉर्मेशन तो जरूर बेनीफिट लेना होर जो थोड़े को सवाल होए कोई गल्ला हुई तुसी टिप्पणियां भी कर सकते हो साडे नाल भी संपर्क कर सकते हो तो आप कोशिश करांगे कि आने वाले समय के उन्होंने सवालों का भी जवाब दईए फिलहाल दो इजाजत देखते रहना प्राइम एशिया TV अपना थोड़े लिए।